ਮੋਗਾ ਕੋਟ ਹਿੱਸੇ ਸੇਖਾ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ। ਬੁਲਟ ਮੋਟਰਸਾਈਕਲ ਅਤੇ ਕੈਂਟਰ ਵਿਚਕਾਰ ਆਮੋ ਸਾਹਮਣੇ ਟੱਕਰ। ਟੱਕਰ 'ਚ ਸਾਰਜ ਸਿੰਘ ਨਾਮੀ ਨੌਜਵਾਨ ਦੀ ਦਰਦਨਾਕ ਮੌਤ, 17 ਸਾਲਾ ਬੇਟਾ ਗੰਭੀਰ ਜ਼ਖਮੀ। ਬਾਈ ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਹਰਜਿੰਦਰ ਸਿੰਘ। ਹਰਜਿੰਦਰ ਸਿੰਘ, ਇਹ ਹਾਦਸਾ ਵਾਪਰਿਆ, ਕੌਣ ਸੀ ਤੁਹਾਡੇ, ਕੀ ਲੱਗਦਾ? ਸਾਡਾ ਪ੍ਰਾਹੁਣਾ ਜੀ। ਕਿੰਨੀ ਉਮਰ ਸੀਗੀ ਇਹਨਾਂ ਦੀ? ਉਮਰ ਹੋਊਗੀ ਕੋਈ 36 ਕੁ ਸਾਲ ਦੇ ਕਰੀਬ ਹੈਗੀ ਹੈ ਜੀ। ਕਿਸ ਤਰ੍ਹਾਂ ਵਾਪਰਿਆ, ਕਿੱਥੋਂ ਆ ਰਹੇ ਸੀ? ਵਾਪਰਿਆ ਜੀ, ਇਹ ਮੋਗੇ ਗਏ ਸੀ ਕੰਮ, ਦੋਨੇ ਪਿਓ ਪੁੱਤ, ਬੇਟਾ ਸੀ ਇਹਨਾਂ ਦੇ ਨਾਲ, ਮੋਗੇ ਤੋਂ ਆ ਰਹੇ ਸੀ ਅਤੇ ਉਹ ਗੱਡੀ ਵਾਲੇ ਦੀ ਅੱਖ ਲੱਗ ਗਈ, ਉਹਨੇ ਕੰਜਨ ਇੱਧਰ ਲਿਆ ਕੇ ਇੱਧਰ ਸਾਈਡ ਉੱਤੇ ਚੜਾਤਾ ਮੋਟਰਸਾਈਕਲ, ਸਾਰਾ ਖਤਮ ਹੀ ਕਰਤਾ। ਕਿੰਨਿਆਂ ਦੀ ਮੌਤ ਹੋਈ ਹੈ? ਪ੍ਰਾਹੁਣਾ ਸਾਡਾ ਹੀ ਡੈਥ ਹੋ ਗਈ ਹੈ, ਮੁੰਡਾ ਸਾਡਾ ਭਾਣਜਾ ਸਾਡਾ, ਉਹ ਹਸਪਤਾਲ ਉਹਦਾ ਅਜੇ ਪਤਾ ਨਹੀਂ ਸਾਨੂੰ। ਉਹ ਵੀ ਗੰਭੀਰ ਜ਼ਖਮੀ? ਉਹ ਵੀ ਬਹੁਤ ਜ਼ਿਆਦਾ, ਅਸੀਂ ਤਾਂ ਮੱਥੇ ਲੱਗਣ ਦਿੰਦੇ ਪਏ, ਅਸੀਂ ਤਾਂ ਜਾ ਕੇ ਖੜ੍ਹੇ ਹਾਂ ਜੀ। ਕੀ ਮੰਗ ਕਰਦੇ ਹਾਂ ਜੀ? ਮੰਗ ਅਸੀਂ ਵੀ ਕਰਦੇ ਹਾਂ, ਇਹਨਾਂ ਨੂੰ ਸਾਫ਼ ਹੋਣਾ ਚਾਹੀਦਾ ਜੀ। ਇੱਕ ਆੜੇ ਬੰਦੇ ਇੱਦਾਂ ਜਿਹੜੇ ਗਲਤ ਹੈ, ਇਹਨਾਂ ਕਿਤੇ ਖਿਲਾਰ ਕੇ ਸੌਂ ਜਾਓ, ਕਿਤੇ ਘੰਟਾ ਸੌਂ ਜਾਓ ਕਿਤੇ, ਕਿਉਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਪਏ ਜੀ। ਸਰ, ਇੱਕ ਐਕਸੀਡੈਂਟ ਹੋਇਆ, ਕਾਹਦਾ ਕਾਹਦਾ ਐਕਸੀਡੈਂਟ ਹੋਇਆ, ਕੀ ਹੋਇਆ ਇਹਦੇ 'ਚ? ਕੀ ਹੋਇਆ ਜੀ, ਇੱਕ ਤਾਂ ਮਹਿੰਦਰਾ ਪਿਕਅਪ ਗੱਡੀ ਇੱਧਰੋਂ ਆ ਰਹੀ ਸੀ ਓਡੀਸੀਆ ਸਾਈਡ ਤੋਂ, ਅਤੇ ਬੁਲਟ ਮੋਟਰਸਾਈਕਲ 'ਤੇ ਦੋ ਜਣੇ ਆ ਰਹੇ ਸੀ ਮੋਗਾ ਸਾਈਡ ਤੋਂ, ਅਤੇ ਇਹਦਾ ਸੰਤੁਲਨ ਵਿਗੜ ਕੇ ਮਤਲਬ ਕਿ ਵਿੱਚ ਵੱਜ ਗਏ, ਅਤੇ ਮੋਟਰਸਾਈਕਲ ਥੱਲੇ ਆ ਕੇ ਫਿਸ ਗਿਆ, ਇੱਕ ਦੀ ਮੌਤ ਹੋ ਗਈ ਆ, ਇੱਕ ਨੂੰ ਸਿਵਲ ਹੋਸਪਿਟਲ ਭੇਜ ਦਿੱਤਾ ਦਸ ਕਰਾ ਤਾ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ? ਕਾਰਵਾਈ ਅਜੇ ਮੁੱਚ ਲੈਂਦੀ ਜਾ ਰਹੀ ਹੈ। ਜਿਹੜਾ ਡਰਾਈਵਰ ਸੀਗਾ ਕੈਂਟਰ ਦਾ ਸਰ? ਹਾਂਜੀ, ਕੈਂਟਰ ਡਰਾਈਵਰ, ਕੈਂਟਰ ਡਰਾਈਵਰ ਦੀ ਭਾਲ ਕਰਕੇ ਇੱਥੇ ਦੱਸ ਦਿੰਦੇ ਵੀ ਇੱਥੇ ਹੋਏ ਕਿਤੇ, ਸਾਡੇ ਹੁਣ ਤੋਂ ਪਹਿਲਾਂ ਹੋਇਆ ਪਹਿਲਾਂ ਐਕਸੀਡੈਂਟ।